e akash wani chom ou e, स्वागत पहले खास खास जगमोहन शर्मा राष्ट्रपति द्रौपदी मुर्मू हो अ प्रधानमंत्री राष्ट्रीय बाल पुरस्कार प्रदान किए पुरस्कार हासिल करने कष्मीर सोलह बरे की मार्शल आर्ट खडारन हानिया निसार भी शाम नेताजी सुभाष चंद्र बोस हंध एक सौ छब्बीवीं जयंती की अज पराक्रम दिवस के तौर पर मनाया जाता है प्रधानमंत्री नरेंद्र मोदी मोदों इक्की परमवीर चक्र पुरस्कार विजेताए के ना पर अंडमान निकोबार द्वीप समूह के इक्की सारे षा बड़े टापुए का नामकरण किया जमू कश्मीर स्टार्ट अप नीति तहत आते दसें बरें चोट पांच सौ नमें अप स्थापित अप जाने कि बेद जमू कश्मीर च तो खाने पीने आयि चीजें डब्बा बंद करने खेतर नमी क्रांति आनने महत्वपूर्ण परियोजना अमल चाहुल गांधी आखू कश्मीर तो स्टेटहुड की बहाली कांग्रेस कोई कसर नहीं छोड़ोग जम्मू कश्मीर तो देसै बाकी हिस्सों के मुकाबले बेरोजगारी की समस्या सारे शा मती है तों भारतीय जनता पार्टी ने आख है जेस लोकें बण्डने ਕੰਮ ਕਰਾ ਦਿੱਤੀ ਹੈ ਖਬਰਾਂ ਦੀ ਤਫਸੀਲ ਕਰਨੇ ਚੰਦਰਕਾਂਤ ਸ਼ਰਮਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਲਵਾਏ ਗਏ ਦੇ ਇੱਕ ਸਮਾਰੋਹ 'ਚ ਇਸ ਬਾਰੇ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ ਕਲਾ ਸੰਸਕ੍ਰਿਤੀ ਸਾਸ ਦਲੇਰੀ ਨਵਾਚਾਰ ਸਮਾਜਿਕ ਸੇਵਾ ਤੇ ਖੇਡਾਂ ਦੇ 6 ਬਖਵਕ ਵਰਗਿਆਂ 'ਚ ਬੇਮਿਸਾਲ ਉਪਲਬਧੀ ਲਈ 11 ਬੱਚਿਆਂ ਦੀ ਇਹ ਪੁਰਸਕਾਰ ਦਿੱਤੇ ਗਏ ਪੁਰਸਕਾਰ ਅਸਲ ਕਰਨ ਵਾਲਿਆਂ 'ਚ ਕਸ਼ਮੀਰ ਥਮਾ 16 ਬਰੇ ਦੀ ਮਾਰਸ਼ਲ ਆਰਟ ਖਿਡਾਰਨ ਹਾਨੀਆ ਨਿਸਾਰ ਵੀ ਸ਼ਾਮਲ ਨੇ ਪੁਰਸਕਾਰ 'ਚ ਇੱਕ ਪਦਕ, ਪ੍ਰਮਾਣ ਪੱਤਰ ਤੇ 1 ਲੱਖ ਰੁਪਏ ਨਗਦ ਦਿੱਤੇ ਜਾਂਦੇ ਨੇ। ਇਸ ਮੌਕੇ ਉੱਪਰ ਆਪਣੇ ਸੰਬੋਧਨ 'ਚ ਰਾਸ਼ਟਰਪਤੀ ਹੋਰੇ ਆਖਿਆ ਜੇ ਦੇਸ਼ ਦੇ ਨਿਰਮਾਣ ਲਈ ਇਹ ਬੱਚੇ ਸਾੜਾ ਭਵਿੱਖ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਹਿਲਾ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਹੋਰ ਪੁਰਸਕਾਰ ਹਾਸਲ ਕਰਨ ਵਾਲੇ ਇਹਨੇ ਬੱਚੇ ਕਰਨੇ ਕੱਲ ਗੱਲਬਾਤ ਕਰਨਗੇ। ਮਹਾਨ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਚੰਦਰ ਬੋਸੁੰਦੀ ਜੈੰਤੀ ਦੇ ਮੌਕੇ 'ਤੇ ਅੱਜਿਕ੍ਰਿਤਕ ਰਾਸ਼ਟ੍ਰ ਉਨੇ ਕੀ ਚੇਤਾ ਕਰਾ ਕਰਦਾ ਹੈ ਸਨ 1897 ਚ ਅਜਾਦੇ ਕੇ ਦਿਨ 오ੜੀਸਾ ਦੇ ਕਟਕ ਚ ਨੇਤਾਜੀ ਦਾ ਜਨਮ ਹੋਆ ਹਾ ਉੰਦੀ ਜੈੰਤੀ ਉਪਰ ਅਰਬਰੇ ਇਸ ਦਿਨ ਪ੍ਰਾਕਰਮ ਦਿਵਸ ਮਨਾਇਆ ਜਾਂਦਾ ਹੈ ਤਾਂਜੇ ਦੇਸ਼ ਦੀ ਜਨਤਾ ਚੇਤਾ ਕਰੀ ਨੋਜਵਾਨੇ ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾイ सके ਤੇ ਉੰਦੇ ਚ ਨੇਤਾਜੀ ਅੰਗਰਗ ਮੁਸ਼ਕਲ ਆਲਾ ਦਾ ਸਾਹਮਣਾ ਕਰਨ ਲਈ ਬਾਦਰੀ ਦਾ ਸੰਚਾਰ ਕੀਤਾ ਜਾイ सके ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਨਵੇਂ ਦਿੱਲੀ 'ਚ ਪ੍ਰਾਕਰਮ ਦਿਵਸ ਦੇ ਮੌਕੇ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਇੱਕ ਸਨੇਹ 'ਚ ਰਾਸ਼ਟਰਪਤੀ ਹੋਰਾਂ ਨੇ ਆਖਿਆ ਜੇ ਨੇਤਾ ਜੀ ਹੋਰ ਬੇਮਿਸਾਲ ਦਲੇਰੀ ਤੇ ਦੇਸ਼ ਭਗਤੀ ਦੇ ਪ੍ਰਤੀਕ ਹੈ ਤੇ ਉਹਨਦੀ ਅਗਵਾਈ 'ਚ ਦੇਸ਼ ਨੇ ਆਜ਼ਾਦੀ ਦੀ ਲੜਾਈ ਕਰਨੇ ਜੁੜਨੇ ਲਈ ਕਈ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਆਖਿਆ ਜੇ ਅੰਗਰੇਜ਼ਾਂ ਦੇ ਸ਼ਾਸਨ ਖਿਲਾਫ ਲੜਾਈ 'ਚ ਬੇਮਿਸਾਲ ਯੋਗਦਾਨ ਲਈ ਨੇਤਾ ਜੀ ਹੋਰਾਂ ਨੂੰ ਸਦਾ ਚੇਤਾ ਰੱਖਿਆ ਜਾਗਾ ਲੋਕ ਸਭਾ ਸਪੀਕਰ ਓਮ ਬਿਰਲਾ ਹੋਰੇ ਵੀ ਸੰਸਦ ਭਵਨ ਚ ਅੱਜ ਨੇਤਾ ਜੀ ਹੋਰੇ ਗੇ ਸ਼ਰਧਾਂਜਲੀ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਪ੍ਰਾਕਰਮ ਦਿਵਸ ਉਪਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ 21 ਪਰਮਵੀਰ ਚੱਕਰ ਪੁਰਸਕਾਰ ਵਿਜੇਤਾਵਾਂ ਦੇ ਨਾਮ ਉਪਰ ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ਦੇ 21 ਸਾਰਿਆਂ ਸ਼ਾ ਵੱਡੇ ਉਹਨੇ ਟਾਪੂਆਂ ਦਾ ਨਾਮਕਰਨ ਕੀਤਾ ਜਿੰਦਾ ਅਜੇ ਤੱਕ ਕੋਈ ਨਾਂ ਨਹੀਂ ਹੈ ਰੱਖਿਆ ਗਿਆ ਦਾ ਇਹ ਦੇਸ਼ ਦੀ ਸੰਪਰਭਤਾ ਤੇ ਅਖੰਡਤਾ ਦੀ ਰਾਖੀ ਲਈ ਆਪਣਾ ਸਭ ਕੁਝ ਨਿਯੋਸ਼ਾਵਰ ਕਰਨ ਵਾਲੇ ਦੇਸ਼ ਦੇ ਇਹਨੇ ਵੀਰੇਗੀ ਸਦਾ ਲਈ ਸਰਦਾਂਤ ਯੋਗ ਨੌਜਵਾਨਾਂ ਚ ਉਦਮਤਾ ਗੇ ਬੜਾਵਾ ਦੇਣੇ ਤੇ ਨਵੀਆਂ ਕਾਢਾਂ ਕਰਨ ਲਈ ਸਟਾਰਟਅਪ ਲਾਣੇ ਵਾਲੇ ਕੀ ਮਤੇ ਮੋਕੇ ਉਪਲਬਧ ਕਰਾਉਣੇ ਦੇ ਮਕਸਦ ਕਰਨੇ ਜੰਮੂ ਕਸ਼ਮੀਰ ਸਰਕਾਰ ਉੰਦੇ ਲਈ ਸਾਜ਼ਗਰ ਮੋਲ ਉਪਲੋਕ ਕਰਾ ਕਰਦੀ ਹੈ ਤਾਂਜੇ ਇਹਨੇ ਨੌਜਵਾਨੇ ਦਾ ਦਿਲ ਬਧ ਸਰਕਾਰ ਦੇ ਸਹਿਯੋਗ ਕਰਨੇ ਉਹ ਆਪਣੇ ਸਟਾਰਟਅਪ ਲਾਈਏ ਆਪਣੇ ਪੈਰੀਆਂ ਉਪਰ ਖੜੋਣ ਤੇ ਉਹਨਾਂ ਲਈ ਵੀ ਕੰਮ ਰੋਜ਼ਗਾਰ ਦੇ ਮੋਕੇ ਪੈਦਾ ਕਰੀ ਸਕਣ ਜੰਮੂ ਕਸ਼ਮੀਰ ਸਟਾਰਟਅਪ ਨੀਤੀ ਤਹਿਤ ਆਉਂਦੇ ਦਸੇ ਬਰੇ ਚ ਘਟੋ ਘਟ 500 ਨਵੇਂ ਸਟਾਰਟਅਪਸ ਕੀ ਬਦਨੇ ਮਠੋ ਨੇ ਤੇ ਅਗੜੇ ਬਦਨੇ ਲਈ ਸਭੇ ਸੁਵਿਧਾਜਨਕ ਮੋਲ ਉਪਲਬਧ ਕਰਵਾਣਾ ਹੈ ਸਟਾਰਟਅਪਸ ਕੀ ਉਤਪਾਦ ਅਨੁਸੰਧਾਨ ਤੇ ਵਿਕਾਸ ਲਈ ਇੱਕ ਮੁਸ਼ਤ 10 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਇਹਦੇ ਇਲਾਵਾ ਇੱਕ ਬਰੇ ਦੀ ਅਵਧੀ ਲਈ ਉਹਨਾਂ ਕੀ 10000 ਰੁਪਏ ਮਹੀਨੇ ਪ੍ਰਤੀ ਅਲਾਉਂਸ ਵੀ ਦਿੱਤਾ ਜਾਂਦਾ ਹੈ ਧਿਆਨਯੋਗ ਹੈ ਜੇ 2021 ਕੀ ਜੰਮੂ ਕਸ਼ਮੀਰ ਭਾਰਤ ਦੇ ਵੱਖ-ਵੱਖ ਰਾਜਾਂ ਦੀ ਸੂਚੀ 'ਚ ਸਟਾਰਟਅਪਸ ਦੀ ਬੜਾਵਾ ਦੇਣ ਵਾਲਿਆਂ 'ਚ ਸਾਰੇ ਸ਼ਾ ਪਹਿਲੀ ਥਾਰ ਉੱਪਰ ਰਿਹਾ ਹੈ ਜੰਮੂ ਕਸ਼ਮੀਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਖਾਣੇ ਪੀਣ ਵਾਲੀ ਚੀਜ਼ਾਂ ਦੀ ਡੱਬਾ ਬੰਦ ਕਰਨ ਵਾਲੇ ਖੇਤਰ 'ਚ ਨਵੀਂ ਕ੍ਰਾਂਤੀ ਅੰਨੇ ਤੇ ਕਿਸਾਨੇ ਦੇ ਜੀਵਨ ਦੀ ਹੋਰ ਬਿਹਤਰ ਬਣਾਉਣ ਲਈ 8 ਅਰਬ 9 ਕਰੋੜ 75 ਲੱਖ ਰੁਪਏ ਦੀ ਅੰਦਾਜ਼ਨ ਲਾਗਤ ਕਰਨੇ ਇੱਕ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਦੀ ਹੈ ਇਸ ਪ੍ਰੋਜੈਕਟ ਦੇ ਤਹਿਤ ਜੰਮੂ ਕਸ਼ਮੀਰ ਦੇ ਸਾਰੇ ਜ਼ਿਲ੍ਹੇ ਚ ਖਾਣੇ ਪੀਣੇ ਵਾਲੀ ਚੀਜ਼ਾਂ ਦੀ ਡੰਬਾ ਬੰਦ ਕਰਨ ਅਤੇ ਵੇਚਣ ਲਈ ਬੁਨਿਆਦੀ ਜਾਂਚ ਸਥਾਪਿਤ ਕੀਤਾ ਜਾਗ ਜੰਮੂ ਕਸ਼ਮੀਰ ਦੇ ਉਤਪਾਦ ਅਤੇ ਵਿਕਾਸ ਸਰਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਸਤਾ ਦਾ ਇਹ ਪ੍ਰੋਗਰਾਮ ਉਹਨੇ ਨਤੀ ਪ੍ਰੋਜੈਕਟਾਂ ਚ ਇੱਕ ਹੈ ਜਿਨੇ ਕੀ ਪ੍ਰਦੇਸ਼ ਸਤਾ ਦੀ ਐਪੈਕਸ ਕਮੇਟੀ ਦੀ ਸਿਫਾਰਿਸ਼ ਮਗਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਆਪਣੀ ਮਨਜ਼ੂਰੀ ਦਿੱਤੀ ਦੀ ਹੈ ਇਹਦੇ ਤਹਿਤ ਜੰਮੂ ਦੇ ਪੁਲਵਾਮਾ ਦੇ ਦੁੱਧ ਕਿਸ਼ਤਵਾਰ ਤੇ ਕੁਪਵਾਲ ਦੇ ਅਖਰੋਟੇ ਆਰਐਸ ਪੂਰਾ ਸੰਬਾ ਦੇ ਕਠੂਆ ਥਮਾ ਬਾਸਮਤੀ ਚੋਲੇ ਡੋੜਾ ਬੜਗਾਮ ਸੰਬਾ ਦੇ ਉਦਮਪੁਰ ਦੀਆਂ ਸਬਜ਼ੀਆਂ ਸਿਰਨਗਰ ਤੇ ਕਠੂਆ ਦੇ ਮਾਸ ਤੇ ਪੋਲਟਰੀ ਉਤਪਾਦ ਦੇ ਚੇਚੇ ਵਿਕਾਸ ਉਪਰ ਆਉਂਦੇ ਪੰਜੇ ਭਰੇ ਦੌਰਾਨ ਮਤਾ ਧਿਆਨ ਦਿੱਤਾ ਜਾਗ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਚ ਭਾਰਤ ਜੋੜੋ ਯਾਤਰਾ ਅੱਜ ਜੰਮੂ ਪਹੁੰਚੀ ਗਈ ਹੈ ਸਤਵਾਰੀ ਚੌਕ ਚ ਪੱਤਰਕਾਰਾਂ ਕੇ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਲਈ ਸਟੇਟ ਹੁਡ ਯਾਨੀ ਰਾਜੇ ਦਾ ਦਰਜਾ ਸਾਰੇ ਸ਼ਬੱਡਾ ਮੁਦਦਾ ਹੈ ਤੇ ਇਹਦੀ ਬਾਲੇ ਲਈ ਕਾਂਗਰਸ ਕੋਈ ਕੋਰ ਕਸਰ ਬਾਕੀ ਨਹੀਂ ਛੋੜੇਗ ਉਹਨੇ ਆਖਿਆ ਜੇ ਜੰਮੂ ਕਸ਼ਮੀਰ ਚ ਦੇਸ਼ਾ ਦੇ ਬਾਕੇ ਇਸੇ ਦੇ ਬਕਾਬਲੇ ਸਾਰੇ ਸ਼ਮਤੀ ਬੇਰੋਜ਼ਗਾਰੀ ਦੀ ਸਮਸਿਆ ਹੈ ਉਹਨੇ ਇਹ ਵੀ ਆਖਿਆ ਜੇ ਇੱਥੇ ਪ੍ਰਸ਼ਾਸਨ ਹਸਿਆ ਆਮ ਲੋਕੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਤੇ ਕਰਨਗੇ ਉੰਦੇਸ਼ਾ ਜ਼ਮੀਨਾਂ ਵੀ ਖਾਲੀ ਕਰਵਾਈਆਂ ਜਾੜਦੀਆਂ ਨੇ ਤਵਾਈ ਪਰ ਜੋੜੋ ਯਾਤਰਾ ਪਰ ਪ੍ਰਤੀਕਿਰਿਆ ਦਿੰਦਿਓ ਇਪਾਰਤੀ ਜਨਤਾ ਪਾਰਟੀ ਨੇ ਆਖਿਆ ਜੇ ਲੋਕ ਕਾਂਗਰਸ ਦੇ ਰਾਸ਼ਟਰ ਵਿਰੋਧੀ ਚਰਿੱਤਰ ਕੀ ਖਰੀ ਚਾਲੀ ਸਮਝਦੇ ਤੇ ਜਾਣਦੇ ਨੇ ਉਹਨੇ ਆਖਿਆ ਜੇ ਕਾਂਗਰਸ ਦੇਸ਼ ਕੀ ਛੜਾ ਤੋੜੀ ਸਕਦੀ ਹੈ ਉਹ ਦੇਸ਼ ਕੀ ਜੋੜੀ ਨਹੀਂ ਸਕਦੀ ਇਹਦੇ ਸੇ ਪਹਿਲੇ ਅੱਜ ਇਹ ਜਤਰਾ ਸਾਂਭਾ ਜਿਲ੍ਹੇ ਦੇ ਵਿਜੇਪੁਰ ਥਾਂ ਮ ਸ਼ੁਰੂ ਹੋਈ ਇਹ ਜਤਰਾ ਸਖਤ ਸੁਰੱਖਿਆ ਬੰਦੋਬਸਤ ਨੇ ਅੱਜ ਚਲਾ ਕਰਦੀ ਹੈ ਅਧਿਕਾਰਿਕ ਸੂਤਰੇ ਮੁਜਬ ਜਤਰਾ ਲਈ ਸਾਰੇ ਲੋੜ ਚੇ ਬੰਦੋਬਸਤ ਕੀਤੇ ਗਏ ਦਿਨ ਇਹ ਜਤਰਾ 7 ਸਤੰਬਰ ਕੀ ਕਨਿਆ ਕੁਮਾਰੀ ਥਾਂ ਮ ਸ਼ੁਰੂ ਹੋਈ ਹੀ ਤੇ 27 ਜਨਵਰੀ ਕੀ ਇਹ ਸੇ ਨਗਰ ਚ ਦਾਖਲ ਹੋਈ ਜਾਗ ਜੇ ਮੁਕਸ਼ਮੀ ਚ ਸਰਕਾਰੀ ਜ਼ਮੀਨਾਂ ਪਰ ਕਿਤੇ ਜਾਦੇ ਨਜਾਇਜ਼ ਕਬਜ਼ੇ ਹਟਾਣੇ ਤੇ ਜ਼ਮੀਨ ਵਾਪਸ ਲੈਣੇ ਲਈ ਚਲਾਏ ਗਏ ਦੇ ਅਭਿਆਨ ਦੇ ਚਲਦੇ ਆਪਣੀ ਪਾਰਟੀ ਨੇ ਮੰਗ ਕੀਤੀ ਹੈ ਇਹ ਗੈਰ ਕਾਨੂੰਨੀ ਤੌਰ 'ਤੇ ਵੱਡੀ ਵੱਡੀ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਖਿਲਾਫ ਸਖਤੀ ਕਰਨੀ ਜ਼ਰੂਰ ਨਿਭੜਿਆ ਜਾਇ ਸਕਦਾ ਹੈ ਪਰ ਜਿਹੜੇ ਲੋਕ ਗਰੀਬ ਕਮਜ਼ੋਰ ਤੇ ਦਬੋਏ ਲਤੜੋਏ ਨੇ ਤੇ ਇਸ ਤਬਕੇ ਕਨੇ ਤਾਲੁਕ ਰੱਖਦੇ ਨੇ ਉਹਨੇ ਕਿ ਇਸ ਮੂਹਮ ਕੋਲਾ ਬਾਹਰ ਰੱਖਿਆ ਜਾਣਾ ਲੋੜ ਚਦਾ ਹੈ ਇੱਕ ਪ੍ਰੈਸ ਕਾਨਫਰੰਸ ਕੇ ਸੰਬੋਧਿਤ ਕਰਦੇ ਸਾਬਕਾ ਮੰਤਰੀ ਤੇ ਆਪਣੀ ਪਾਰਟੀ ਦੇ ਪ੍ਰਧਾਨ ਸੈਦ ﺍﻟताਫ ਬੁਖਾਰੀ ਹੋਰੇ ਆਖਿਆ ਜੇ ਉੰਦੀ ਪਾਰਟੀ ਜੰਮੂ ਕਸ਼ਮੀਰ ਦੀ ਜ਼ਮੀਨ ਦੀ ਬਾਹਲੇ ਲੋਕ ਲਈ ਉਪਲਬਧ ਨਈਂ ਹੋਣ ਦੇਗੇ ਇਹ ਖਬਰਾਂ ਤੁਸ ਆਕਾਸ਼ਵਾਨੀ ਪਰ ਸੁਣਾਰ ਦਿਓ ਤੇ ਉਨ ਬਾਕੀ ਦੀ ਖਬਰੇ ਕਨੇ ਜਗਮਨ ਸ਼ਰਮਾ ਮੁਲਕਾ ਚ ਕੋਰੋਨਾ ਕਸਟੀ ਦੇ ਨਰੋਯੋ ਨਿਦਦਾਰ ਇਲਾ 98.8 ਇੱਕ ਫੀਸਦ ਹੈ ਪਿਛਲੇ 24 ਘੰਟੇ ਦੌਰਾਨ ਦੇ ਸੱਚ ਕੋਰੋਨਾ ਦੇ 94 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਤੇ ਸਕਰੀਏ ਮਾਮਲੇ ਦੀ ਗਿਣਤਰੀ ਵੀ ਦਨਾਕ ਘਟ ਕੇ 1934 ਹੋ ਗਈ ਹੈ ਮੁਲਕਾ ਚ ਅਜਿੰਤੋੜੀ ਸਾਹਮਣੇ ਆਏ ਦੇ ਮਾਮਲੇ ਦੀ ਗਿਣਤਰੀ 4 ਕਰੋੜ 46 ਲੱਖ 82015 ਹੈ ਜਿਸ ਲਈ ਜਿਪਸਟੇ 24 ਘੰਟੇ ਦੌਰਾਨ ਦੋ ਹੋਰ ਕਰੋਨਾ ਕਸ਼ੀਦੀ ਮੌਤੇ ਕਰਨੇ ਗਏ ਇਸ ਲਾਗਿਆਕਾਰੀ ਜਾਨਵਾਨ ਨਿਆਲੇ ਦੀ ਗਿਣਤਰੀ 5 ਲੱਖ 3000 735 ਹੋਈ ਗਈ ਹੈ ਜਿਸ ਲਈ ਅਜੰਤੋੜੀ 4 ਕਰੋੜ 44 ਲੱਖ 99344 ਕਰੋਨਾ ਕਸਰੀ ਨਰੋਏ ਹੋ ਚੁਕੇ ਨੇ 코로나 ਕੋਲ ਬਚਾਲਾ ਟੀਕਾ ਲਾਣੇ ਸਰਬੰਧੀ ਰਾਸ਼ਵਿਆਪੀ ਟੀਕਾਕਰਨ ਅਭਿਆਨ ਵੀ ਜ਼ੋਰਾਂ ਸ਼ੋਰੇ ਜਾਰੀ ਹੈ ਤੇ ਅਜਨ ਤੋੜੀ 2 ਅਰਬ 20 ਕਰੋੜ 28 ਲੱਖ 44015 ਟੀਕੇ ਲਾਭਾਰਤੀਂ ਕੀ ਲਾਜੇ ਚੁਕੇ ਨੇ ਕਾਂਗਰਸ ਪਾਰਟੀ ਨੇ ਅੱਜ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਗੀ ਲਦਾਖ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੇ ਤੇ ਉਹਨਾਂ ਦੀਆਂ ਜਾਇਜ਼ ਮੰਗਾਂ ਗੀ ਸੰਜੀਦਗੀ ਕਰਨੇ ਸੁਣਨੇ ਬਖੀ ਧਿਆਨ ਦੇਣਾ ਲੋੜਦਾ ਜਿਹਦੇ ਵਿੱਚ ਜੰਮੂ ਕਸ਼ਮੀਰ ਦੀ ਪਰਤੀ ਰਾਜ ਦਾ ਦਰਜਾ ਦੇਣ ਦੀ ਮੰਗ ਵੀ ਸ਼ਾਮਲ ਹੈ ਪਾਰਟੀ ਪ੍ਰਧਾਨ ਮਲਕਾਰ ਜੁਨ ਖੜਗੇ ਹੋਰ ਇੰਦੋਸ਼ ਲਾਇਆ ਜੇ ਕੇਂਦਰ ਸਰਕਾਰ ਨੇ ਲਦਾਖ ਦੇ ਲੋਕਾਂ ਕਨੇ ਧੋਖਾ ਕਰਦੀ ਹੋਈ ਲਦਾਖ ਦੇ ਲੋਕਾਂ ਕਨੇ ਕੀਤੇ ਗਏ ਦੇ ਇਸ ਵਾਅਦੇ ਦੀ ਪੂਰਾ ਨਹੀਂ ਕੀਤਾ ਹੈ ਉਹਨੇ ਦੋਸ਼ ਲਾਇਆ ਜੇ ਸੰਵਿਧਾਨ ਦੇ 6ਵੇਂ ਸ਼ਡਿਊਲ ਤਹਿਤ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨੇ ਦੀ ਜ਼ਿੰਮੇਵਾਰੀ ਵੀ ਸਰਕਾਰ ਨੇ ਨਹੀਂ ਭਾਈ ਗੇ जम्मू कश्मीर चौदहवें माली आयोग तहत जारी रकमें चा खर्च नहीं हो रकमे रकमें केंद्र शासित प्रदेश जो तोड़ चाड़े जाते बमें पर खर्च कीता जाग स्कीम की कतरी मार्च दो हजार इक्की बंद पर कोरोना महामारी के चलदे ग्राम पंचायतें दरपेश दिक्कतें ध्यान रखते हुए खजाना मंत्रालय ने चौदहवें माली आयोग तहत जारी रकमें जड़ियां खर्च नहीं जाई कि उन्हें खर्च करने ग्राम पंचायतें कतरी मार्च दो हजार त्रई तगर का समा दी जम्मू कश्मीर सरकार है जम्मू कश्मीर प्रबंधन संस्थान लोक प्रशासन ते ग्रामीण विकास मैग में इंपारड नियमे दी कथित अनदेखी करदी हुई कीतिगदिए नियुक्तियां वाले मामले च जा जांच जा जा ले एक कमेटी दा गठन किता है ए कमेटी पिछले 5 बणे दौरान इंपारड दी पूरी प्राति गतिविधियां ते कामकाज दा मूल्यांकन करग ताजे पवेख च एडी कार्यदगी की बेहतरी ते सुधार आंदा जाई सकआ है जम्मू कश्मीर पुलिस के सुरक्षा सबंधी सीगे ने इस बरे गणतंत्र दिवस समारोह च शामिल होने गैकें दिशा निर्देश जारी कि आखि जो समारोह शामिल होने अपने कोई मोबाइल फोन कैमरा कुसा भी चाली कोई चाकू झोला मोमी लफार्फा ट्रांजिस्टर खड़ोना औजार संदर स्टॉप वाच कु चाली दा कोई पोडर सिगरेट लाइटर माचिस या अग फगड़ने कोई चीज नहीं जान लोग अपील गई जे ਜਿੱਥੇ ਕੁਦਰਤ ਵੀ ਕੋਈ ਸ਼ੱਕ ਸ਼ੂਬੇ ਵਾਲਾ ਆਦਮੀ ਜਾਂ ਕੋਈ ਲਵਾਰਿਸ ਚੀਜ਼ ਪੇਦੀ ਲਪਦੀ ਹੈ ਤਾਂ ਸਿਯਾਤ ਨੀ ਲਾਂਤ ਪੁਲਸਾ ਕੀ ਤੋਰਤ ਉਹਦੇ ਬਾਰੇ ਇਤਲਾ ਦੇਣ ਜ਼ਿਲ੍ਹਾ ਵਿਕਾਸ ਕਾਉਂਸਲ ਕੁਠਵਾ ਦੀ ਮੰਡਲੀ ਥਾ ਮੈਂਬਰ ਨੀਰੂ ਪਾਲਾ ਤੇ ਬਲਾਕ ਵਿਕਾਸ ਕਾਉਂਸਲ ਬਗੰਦੀਆਂ ਚੇਅਰਪਰਸਨ ਨਿਸ਼ਾ ਦੇਵੀ ਹੋ ਨੇ ਰਾਜਪਬਵਨ ਜੰਮੂ ਚ ਲੈਫਟਨ ਗਵਰਨਰ ਮਨੋਜ सिन्हा ਨੂੰ ਦਿਨੇ ਮਲਾਟੀ ਕੀਤੀ ਤੇ ਮੰਡਲੀ ਤੇ ਬਗੰਨ ਇਲਾਕੇ ਦੀਆਂ ਬਖ ਬਖ ਸਮੱਸਿਆ ਐ ਤੇ ਮੁੱਦੇ ਕੀ ਹੁੰਦੇ ਅੱਗੇ ਰੱਖਿਆ ਜਿੰਦੇ ਚ ਇਲਾਕੇ ਚ ਸੜਕਾਂ ਆਪਤੀ ਕੀ ਬਿਹਤਰ ਬਣਾਣਾ ਬੁਨਿਆਦੀ ਟਾਂਚਾ ਉਪਲਬਧ ਕਰਵਾਣਾ ਬਿਜਲੀ ਪਾਣੀ ਦੀ ਸਹੂਲਤ ਸੇਤ ਸਿੱਖਿਆ ਤੇ ਔਰਦੂ ਦੀਆਂ ਸੇਵਾਇ ਸੁਵਿਧਾ ਸਰਬੰਦੀ ਮੰਗਾ ਸ਼ਾਮਿਲ ਹੀਆਂ ਐਲਜੀਓ ਨੇ ਉਹਦੀ ਮੰਗੇ ਕੀ ਤਰੋ ਇਹ ਸੁਨਿਆ ਤੇ ਸਭ ਨੇ ਮੰਗੇਗੀ ਪਹਿਲ ਦੀ ਬਿਨਾਉ ਉਪਰ ਪੂਰਾ ਕਰਨੇ ਦਾ ਪ੍ਰੋਸਾ ਦਵਾਇਆ समूचे जम्मू कश्मीर असम आम तौर पर खुश्क रे पर किश इलाके ग दुबे तौरा पर बदल घनोए रेह मौसम विभाग का आखना है जे आंदे चौवी घंटे दौरान जम्मू प्रांत मौसम खुश्क खुश् रोहने आसार न उश इलाक चढ़ रही होता है जल्ले घाटी इस दौरान टामवी टामवी थारें बरखा या हल्की बर्फबारी भी हो सकती है महकमे मुजब चौबी जनवरी की शामी मगर ते पंजी जनवरी की भी जम्मू प्रांत जमू प्रांतरले पहाड़ी इलाकें च बर्फबारी झिगड़े इलाकें च बरखा बरने आसार न ਦਕੀਜ ਮੁਖਵਰਾ ਇੱਕ ਵਾਰੀ ਪਰਤੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੇ ਅੱਜ ਇਸ ਪਰੇ ਦੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ ਪੁਰਸਕਾਰ ਅਸਲ ਕਰਨ ਵਾਲੇ ਚਕਸ਼ਮੀਰ ਥਮਸ 16 ਬਰੇ ਦੀ ਮਾਰਸ਼ਲ ਆੜਖੜਨ ਹਾਨੀਆਂ ਨਿਸਾਰ ਵੀ ਸ਼ਾਮਿਲ ਨੇਤਾਜੀ ਸੁਭਾਚੰਦਰ ਬੋਸੋਂਦੀ 126ਵੇਂ ਜਨਮ ਦਿਨ ਕੀ ਅੱਜ ਪਰਾਕਰਮ ਦਿਵਸ ਦੇ ਤੌਰ ਉਪਰ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ 21 ਪਰਮਵੀਰ ਚੱਕਰ ਪੁਰਸਕਾਰ ਵਿਜੈਤਾਏ ਨੇ ਨਾਮ ਪਰ ਅੰਡਮਾਨ ਤੇ ਨਿਕੋਬਰ ਦੀਪ ਸਮੂਹ ਦੇ 21 ਸਾਰੇ ਸ਼ਬਡੇ ਟਾਪੂਆਂ ਦਾ ਨਾਮਕਰਨ ਕੀਤਾ ਹੈ ਜੰਮੂ ਕਸ਼ਮੀਰ ਸਟਾਰਟਅਪ ਨੀਤੀ ਤੇ ਐਤ ਆਉਂਦੇ ਦਸੰਬਰ ਰੇ ਚ ਘਟੋ ਘਾਟ 500 ਨਵੇਂ ਸਟਾਰਟਅਪ ਸਥਾਪਿਤ ਕੀਤੇ ਜਾਣ ਦੀ ਉਮੀਦ ਹੈ ਤੇ ਰਾਹੁਲ ਗਾਂਧੀ ਹੋਰ ਨੇ ਆਖਿਆ ਜੀ ਜੰਮੂ ਕਸ਼ਮੀਰ ਚ ਸਟੇਟ ਹੁਡ ਦੀ ਬਹਾਲੀ ਲਈ ਕਾਂਗਰਸ ਕੋਈ ਕੋਰ ਕਸਰ ਬਾਕੀ ਨਹੀਂ ਛੋੜੇ ਜੰਮੂ ਕਸ਼ਮੀਰ ਚ ਦੇਸ਼ ਦੇ ਬਾਕੀ ਇਸ ਦੇ ਮੁਕਾਬਲੇ ਬੇਰੋਜ਼ਗਾਰੀ ਦੀ ਸਮੱਸਿਆ ਸ਼ਾਰਿਆਂ ਸੇ ਮਤੀ ਤੇ ਭਾਰਤੀ ਜਨਤਾ ਪਾਰਟੀ ਨੇ ਆਖਿਆ ਜੇ ਕਾਂਗਰਸ ਲੋਕਾਂ ਕੀ ਬੰਦਨੇ ਦਾ ਕੰਮ ਕਰਾ ਕਰ ਦਿਆ ਹੈ ਇਹ ਦੇ ਕਹਨੇਗਾ ਖਬਰੇ ਦਾ ਇਹ ਬਲੇਟਿਨ ਸਮਾਪਤ ਹੁੰਦਾ ਹੈ